अच्छा जी, बिस्मिल्लाहिर्रहमानिर्रहीम। अस्सलाम वालेकुम, कैसे हैं साहब? उम्मीद है कि साहब हम भाई खैरियत से होंगे जी। आप देख सकते हैं कि हमारे घर मेहमान आए हुए हैं, तो हम जो है ना वो अपने देखने वाले बहन भाइयों को दिखाएंगे। तो जी अदन, थोड़ा सा बैक साइड पे होना जी। ये देखें, आप इनको जो है ना वो पहचान सकते हैं कि ये माशाल्लाह बहुत मशहूर यूट्यूबर हैं। तो हाँ जी, हमारे घर मेहमान आए हैं हमें मिलने के लिए, बहुत दूर से आए हैं। तो हाँ जी, तो आज का व्लॉग बड़ा मज़ेदार है, दिलचस्प है, और जो है ना वो इतनी दूर से मेहमान आए हैं। ज़रूर देखिएगा, लाइक शेयर सब्सक्राइब ज़रूर करना, और ज़्यादा से ज़्यादा लाइक करना, ज़्यादा से ज़्यादा सपोर्ट करना, पूरा वॉच करना जी, एंजॉय करना। और हमारा ब्लॉग जो अपने देखने वाले बहन भाइयों के लिए जो है ना हमने बनाया, सारा ब्लॉग इन पे है, तो ज़रूर देखिएगा। हाँ जी, मेहमान पहुँच गए हैं जी। अच्छा जी, मेहमान आने सानू दस्या कोई नहीं, ਸਾਡੇ ਵਾਸਤੇ ਜਿਹੜਾ ਨਾ ਦੋ ਚਾਰ ਰੋਟੀਆਂ ਪਾ ਦੇਣਾ, ਬਾਜੀ ਜਾ ਕੇ ਬਣਨ ਲੱਗ ਗਏ। ਨਹੀਂ, ਰੋਟੀ ਤੰਦੂਰ ਤੋਂ ਲਵਾ ਲੈਣੇ ਆ, ਰੋਟੀ ਤੰਦੂਰ ਤੋਂ ਲਵਾ ਲਓ। ਦਾਲ ਚਾਵਲ ਪੱਕਿਆ ਸੀ, ਉਹ ਖਾ ਲੈਣਾ ਤੋਂ ਨਾ ਵਖਤ ਕਰ। ਨਹੀਂ ਨਹੀਂ, ਆ ਲਓ ਉਹਦੇ, ਆ ਵਖਾ ਦਿੱਤੀ ਸੈਕ ਉਹਦੇ ਕਾਕਾ, ਉਹਦੇ ਉੱਜੋ ਭਾਲੂ, ਉਹ ਡਿੱਗ ਗਿਆ। ਇਹ ਜਾਨ ਭਈਆ ਕੇ ਨਾ ਨਾ ਤਨ ਆਇਆ ਬਗੋਣਾ ਜਾਨ ਭਈਆ ਕੇ ਟੁਕੜੀ ਇਹ ਲੋ ਉਹ ਜਿਹੜਾ ਮੈਂ ਆਪਣਾ ਲੈ ਗਿਆ ਤੇ ਆਂਦੀ ਮੇਰਾ ਕਾਕਾ ਕਿਸੇ ਨੂੰ ਨਹੀਂ ਦਿੰਦੀ, ਆਂਦੀ ਕਾਕਾ ਲਾਓ ਸੋ ਜਾ। ਹਾਂਜੀ, ਕਿਸ ਤਰ੍ਹਾਂ ਰਿਹਾ ਸਫ਼ਰ? ਸਫ਼ਰ ਤੁਹਾਡੇ ਨੂੰ ਮੋਹ ਲੱਗਣ ਅਸੀਂ ਕਲਮੇ ਪੜੀ ਹਾਂ, ਕਲਮੇ ਪੜ ਗਿਆ। ਅੱਛਾ ਅੱਛਾ, ਕਿਹੜਾ? ਆਲਰਾ ਰਸਤਾ ਆ, ਸਿਰਫ 4-5 ਕਿਲੋਮੀਟਰ ਆ ਜਿਹੜਾ, 4-5 ਕਿਲੋਮੀਟਰ ਮੈਂ ਲੈ ਕੇ ਆਉਣਾ, ਉਹ ਵੀ ਥੱਲੇ ਦੀ ਉਤਾਰ ਦੇ ਕੱਚੀ ਬਸ, ਇੱਥੇ ਦੇ ਲੋਕ ਭਾਈ ਬੋਲ ਰਾਹ ਨਹੀਂ ਦਿੰਦੇ, ਇੱਧਰ ਨਹੀਂ ਰਸਤਾ ਨਹੀਂ ਮਿਲਦਾ ਹੈਗਾ, ਤੁਸੀਂ ਪੱਕੀ ਪੱਕੀ ਜਗ੍ਹਾ ਸਾਨੂੰ ਵੀ ਕੱਚੇ ਤੇ ਨਾਲ ਉਤਰਨਾ। ਹਾਂਜੀ ਹਾਂਜੀ, ਇੱਥੇ ਪਾਣੀ ਚ ਬੜਾ ਪਾਓ ਬੱਚਾ। ਹੋਰ ਜੀ, ਅਦਨ ਬੇਟੀ ਜਿਹੜੀ ਆ ਨਾ ਉਹ ਇੱਥੋਂ ਗਲਾਸ ਲੈਣ ਲੱਗੀ ਹੈ, ਅਤੇ ਗਲਾਸ ਚੱਕ ਲਾ ਬੇਟਾ, ਉੱਥੋਂ ਡਿਸ਼ ਲੈ ਲਾ, ਅਤੇ ਚਲੋ ਇਹਦਾ ਲੌਕ ਲਾ ਦੇ, ਚਲੋ ਚੱਲੀਏ। ਅੱਛਾ ਜੀ, ਗਲਾਸ ਵਾਸ਼ ਕਰ ਲਏ, ਡਿਸ਼ ਵਾਸ਼ ਕਰ ਲਈ, ਅਤੇ ਹੁਣ ਪਾਉਂਦੇ ਹਾਂ ਜਿਹੜਾ ਨਾ ਬੋਤਲ, ਅਤੇ ਮੈਂ ਕਿਉਂਕਿ ਉਹਨਾਂ ਨੂੰ ਮਹਿਮਾਨ ਆਏ ਜੀ। ਚਲੋ ਅਦਨ ਬੇਟਾ, ਮੈਂ ਲੈ ਕੇ ਜਾਣਾ ਜੀ। ਸਮੈਰਾ ਬਣਾ ਰਹੀ ਹੈ ਖਾਣਾ, ਅਤੇ ਮੈਂ ਜਿਹੜਾ ਨਾ ਮਹਿਮਾਨਾਂ ਨੂੰ ਖੁਦ ਜਿਹੜਾ ਡੀਲ ਕਰਦਾ ਵਾਂ, ਅਤੇ ਨਿੱਕੀ ਮਹਿਮਾਨ ਜਿਹੜਾ ਪਹਿਲਾਂ ਭਗਤਾ ਲਈਏ ਮੋਟੂ ਪਤਲੂ ਬੰਦਾ ਉੱਥੇ ਰਾਤ ਨੂੰ ਬੈਠਾ ਹੋਣਾ ਤਾਂ ਬੰਦਾ ਚਬਾਈ ਜਾਏ। ਮਿੱਠੇ ਨੇ ਮਤਲਬ ਮਿਰਚਾਂ ਨੇ, ਮਿੱਠੇ ਨੇ ਮਿੱਠੇ।
ਚਲ ਓਏ ਤੂੰ ਕਟਿੰਗ ਸੋਹਣੀ ਕਰਾਈ ਆ ਪਪਾ ਕਰਾ ਕੇ ਲੈ ਕੇ ਆਇਆ ਸੀ ਕਟਿੰਗ ਹਾਂਜੀ ਸਿਰਫ ਚੈੱਕ ਕਰ ਰਹਾ ਹੂੰ ਕਿ ਬੱਚੇ ਕੋ ਮਿਰਚੇ ਤੋਂ ਨਹੀਂ ਲੱਗੇਗੀ ਹਾਂਜੀ ਖੱਟੇ ਤੋਂ ਨਹੀਂ ਹੈ ਗਲਾ ਤੋਂ ਨਹੀਂ ਖਰਾਬ ਹੋਗਾ ਹਾਂਜੀ ਇਸ ਲਈ ਮੈਂ ਨਾ ਇਹ ਅਨਾਇਆ ਕਾ ਹੈਲਪ ਕਰ ਰਹਾ ਹੂੰ ਅਨਾਇਆ ਅਸਲ ਕਿਵੇਂ ਕਮਲੀ ਹੋਈ ਗਈ ਹਾਂਜੀ ਇਹ ਕਮਲੀ ਸਾਡੀ ਕੁੜੀ ਆ ਅਦਨ ਬਹੁਤ ਪਿਆਰੀ ਹੈ ਮੇਰੀ ਮੈਂ ਸਭ ਤੋਂ ਜ਼ਿਆਦਾ ਪਿਆਰ ਆਪਣੀ ਬੇਟੀ ਨੂੰ ਕਰਦਾ ਹਾਂ ਅਦਨ ਬਹੁਤ ਸਮਝਦਾਰ ਹੋ ਜੇ ਅਗਰ ਕੈਮਰੇ ਚ ਕਹਿੰਦੇ ਆ ਨਾ ਹਾਂਜੀ ਮੈਂ ਆਪਣੀ ਬੇਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਉਹਦੀ ਉਹ ਤੇ ਫ੍ਰਿਜ ਚ ਰੱਖ ਦੇ ਬੇਟਾ ਫ੍ਰਿਜ ਚ ਰੱਖ ਦੇ ਖਾਣੇ ਦੇ ਨਾਲ ਦਮਾ ਅਦਨ ਦੀ ਸਾਡੇ ਨਹੀਂ ਤੇ ਅਨਾਇਆ ਜਦੋਂ ਦੀ ਦੋ ਬੰਦੇ ਸਾਇਰ ਮਾਰਦੇ ਦਾਦਾ ਅਦਨ ਦੀ ਫੁੱਲ ਜਿਹੜੀ ਸਾਇਰ ਲੈਂਦੇ ਇੱਕ ਮੈਂ ਤੇ ਇੱਕ ਭਾਈ ਆ ਜੀ ਅਸੀਂ ਫੁੱਲ ਅਦਨ ਦੀ ਸਾਇਰ ਮਾਰਦੇ ਇਹਦੀ ਨਾਨ ਅਸੀਂ ਤੇ ਲੜ ਪੈਂਦੇ ਆ ਨਾ ਇਸ ਤੇ ਸਾਇਰ ਮਾਰਨ ਨਹੀਂ ਦਿੰਦੇ ਪਰਲੇ ਬੰਦੇ ਦੀ ਨਹੀਂ ਇਹ ਤੇ ਬਹੁਤ ਅੱਛੀ ਬੱਚੀ ਮਾਸ਼ਾਅੱਲਾ ਖੱਟੇ ਆ ਇਹਨੇ ਵੀ ਵੱਜ ਜਾਣਾ ਥੋੜੀ ਸਾਰਿਆਂ ਨੂੰ ਅੱਛਾ ਜੀ ਮੈਂ ਇਹ ਦੇਖੋ ਪਿਆਜ਼ ਟਮਾਟਰ ਵੀ ਚਾਹਾਂ ਸੀ ਧੋ ਕੇ ਰੱਖ ਲਈਏ ਇਹਨਾਂ ਨੂੰ ਪੱਟ ਦੀਆਂ ਅਤੇ ਮੈਂ ਤਾਂ ਚਿਕਨ 'ਚ ਧੋਣਾ ਪਹਿਲੇ ਅਤੇ ਫਿਰ ਉੱਥੇ ਬੈਠ ਕੇ ਤਾਂ ਨਾ ਮਸਾਲੇ ਬਣਾਉਣੇ ਚਲੋ ਤੁਸੀਂ ਜਿਹੜਾ ਨਾ ਉਹ ਬਣਾਓ ਅਤੇ ਇੱਕ ਇਹਨਾਂ ਨੂੰ ਪੱਖਾ ਨਾ ਰੱਖ ਕੇ ਲਾ ਦਾਂ ਪੱਖਾ ਅੱਛਾ ਜੀ ਹੁਣ ਮੈਂ ਨਾ ਇਹ ਮਸ਼ੀਨ ਜੀ ਦੇ ਵਿੱਚ ਨਾ ਪਿਆਜ਼ ਲੱਗੀਆਂ ਥੋੜ੍ਹਾ ਜਿਹਾ ਬਰੀਕ ਹੋ ਜਾਣਗੇ ਗ੍ਰੈਂਡ ਕਰਨ ਕਿਉਂਕਿ ਜਲਦੀ ਜਲਦੀ ਫਿਰ ਉਹ ਹੋ ਜਾਏਗਾ ਹੁਣ ਕੁੱਟਣ ਦਾ ਵੀ ਟਾਈਮ ਨਹੀਂ ਹੈਗਾ ਕੜਾਹੀ ਧੋ ਕੇ ਰੱਖ ਲਈ ਹੈ ਚਿਕਨ ਧੋ ਕੇ ਰੱਖ ਲਿਆ ਵਾ ਅਤੇ ਹਾਂਡੀ ਉੱਪਰ ਰੱਖ ਕੇ ਫਿਰ ਗੁੰਨਦੀਆਂ ਆਟਾ ਉਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਅਤੇ ਵੈਸੇ ਇਹਨਾਂ ਨੂੰ ਮੈਂ ਸਜ਼ਾ ਦਿੰਦੀ ਪਈ ਹਾਂ ਜਿਹੜਾ ਮੈਨੂੰ ਟਾਈਮ ਨਾਲ ਦੱਸਿਆ ਨਹੀਂ ਹੈਗਾ ਹੁਣ ਮਿਲਦੀ ਪਈ ਇਹਨਾਂ ਨੂੰ ਸਜ਼ਾ ਪ੍ਰਾਹੁਣਿਆਂ ਨੂੰ ਆਟਾ ਮੇਰੇ ਖਿਆਲ ਗੁੰਨਣਾ ਅਤੇ ਗੁੰਨ ਕੇ ਆਟਾ ਲਵਾਉਣੀ ਹੈ ਕਿ ਸੁੱਕਾ ਆਟੇ ਦੀਆਂ ਲਾ ਦੇਣੀਆਂ ਕਿੰਨੇ ਦੀ ਲਈ ਸੀ ਤੁਸੀਂ ਮਸ਼ੀਨ ਬੜੀ ਪਸੰਦ ਆਈ ਲਓ ਜੀ ਸਾਡਾ ਪੇਸਟ ਸਾਰਾ ਕੁਛ ਹੀ ਗ੍ਰੈਂਡ ਕਰਨਾ ਲਸਣ ਦਾ ਸਾਰਾ ਕੁਛ ਅੱਛਾ ਇੱਕ ਵਾਰ ਚਾੜ ਕੇ ਮਸਾਲਾ ਜਿਹਾ ਬਣ ਜਾਏਗਾ ਮਿਰਚਾਂ ਵੀ ਸਾਰਾ ਕੁਛ ਪਿੱਛੇ ਪਾ ਦਾਂ ਜ਼ਬਰਦਸਤ ਮੈਂ ਉਹ ਪਹਿਲਾਂ 10 ਮਿੰਟ ਬੋਇਲ ਕਰਨ ਵਾਸਤੇ ਰੱਖੋ ਫਿਰ ਉਹਨੂੰ ਡੰਡਾ 10 ਮਿੰਟ 'ਚ ਨਹੀਂ ਹੁੰਦਾ ਹੈਗਾ
ਨਾਲੇ ਮੈਂ ਤਾਂ ਕੁੱਕਰ ਚ ਲਾ ਦਿੰਦਾ ਦੋ ਤਿੰਨ ਮਿੰਟ ਭਾਬੇ ਵਾਸਤੇ ਆਪਣੇ ਵੇਖ ਕਰਦੀ ਬਾਜੀ ਸਮੈਰਾ ਜਿਹੜਾ ਮੇਰਾ ਤੁਹਾਨੂੰ ਮੇਰਾ ਕੁੱਕਰ ਪਸੰਦ ਸੀ ਨਾ ਮੈਂ ਕਿਹਾ ਬਾਜੀ ਨਾ ਐਵੇਂ ਦਾ ਲਵੇ ਅਸੀਂ ਉਹਦੇ ਪੂਰਾ ਚੌਕਾ ਦਮ ਫਿਰੇ ਇੱਕ ਦੁਕਾਨ ਤੋਂ ਸਾਨੂੰ ਲੱਭੀ ਰਬਟ ਰਬਟ ਉਹ ਨਾ ਕਿ ਇੰਨੇ ਬੜੇ ਕੁੱਕਰ ਦੀ ਰਬਟ ਨਹੀਂ ਹੈ ਸਾਢੇ ਛੇ ਸੌ ਦੀ ਪੈਣ ਰਬਟ ਇੱਕ ਹਾਂਜੀ ਫਿਰ ਅਸੀਂ ਇੱਕ ਲਈ ਸੌ ਰੁਪਏ ਦੀ ਨਹੀਂ ਬਾਜੀ ਸਾਢੇ ਛੇ ਸੌ ਦੀ ਰਬਟ ਬਲੈਕ ਲਈ ਹਾਂਜੀ ਬਲੈਕ ਅੱਛੀ ਨਹੀਂ ਨਹੀਂ ਲੈ ਕੇ ਗਈ ਸੀ ਮੈਂ ਸਾਢੇ ਛੇ ਸੌ ਦੀ ਰਬਟ ਤੇ ਦੂਸਰਾ ਆਵਾਜ਼ ਕਰਾ ਦੇਣ ਇੱਕ ਹੋਰ ਲੈ ਲਈ ਇੱਕੋ ਦੁਕਾਨ ਤੇ ਸੀ ਦੋ ਰਬਟਾ ਮੈਂ ਕਿਹਾ ਨਹੀਂ ਸਾਢੇ ਛੇ ਸੌ ਦੀ ਰਬੜ ਮੈਂ ਕਿਹਾ ਤੁਸੀਂ ਰਹਿ ਦਿਓ 1300 ਦੀਆਂ ਦੋ ਅਹਿਤਿਆਤ ਨਾਲ ਚਲਾਓ ਤੇ ਇੱਕ ਬਲੈਕ ਜਿਹੜੀ ਕਾਫੀ ਦੇਰ ਪਾ ਜਾਂਦੀ ਨਹੀਂ ਹੁਣ ਜੇ ਤੇ ਟਾਈਮ ਹੋਇਆ ਨਾ ਫਿਰ ਉਸ ਸਮਾਨ ਨਾਲ ਮੈਂ ਬਾਜ਼ਾਰ ਜਾ ਕੇ ਨਾ ਜਿਹੜੀ ਦੁਕਾਨ ਤੋਂ ਕੁੱਕਰ ਲਿਆ ਸੀ ਨਾ ਉਸ ਦੁਕਾਨ ਤੋਂ ਪਤਾ ਕਰਾਂਗੀ ਤੇ ਨਾਲੇ ਇੰਨੀ ਤਾਂ ਨਹੀਂ ਮੈਂ ਤੇ ਜਦੋਂ ਚੌਕਾ ਦਾ ਸੀ ਉਦੋਂ ਮੈਂ ਨਹੀਂ ਸੀ ਉਦੋਂ ਦੀ ਮੇਥੀ ਮੈਂ ਤਾਂ ਲਈ ਕੋਈ ਨਹੀਂ ਹੈਗੀ ਤੇ 100 ਰੁਪਏ 100 ਰੁਪਏ ਤੇਰਾ ਭਾਈ ਲਿਆ ਕਹਿੰਦਾ ਸੀ ਬਲੈਕ 250 ਦੀ ਲੈ ਕੇ ਭਾਜੀ ਉਹ 650 ਦੀ ਅਸੀਂ ਲੈ ਕੇ ਗਏ ਵਾਈਟ ਕਿਹੜੇ ਚੁੱਲ੍ਹੇ ਤੇ ਰੱਖਣਾ ਇਸ ਚੁੱਲ੍ਹੇ ਤੇ ਉਤਾਰਦੇ ਨੀਚੇ ਮੇਰਾ ਹੋ ਗਿਆ ਤੇ ਮੈਂ ਇਹਦੇ ਨਾਲ ਭੱਜ ਗਈ ਹੈਲਪ ਕਰਵਾ ਦਿਆ ਬਾਜੀ ਤੇ ਕਿਉਂਕਿ ਕੜਾਈ ਬਾਜੀ ਪਾ ਦੇ ਵਿੱਚ ਚਲੋ ਹਾਂਜੀ ਬਾਹਰ ਕਾਫੀ ਜ਼ਿਆਦਾ ਅੰਧੇਰਾ ਹੋ ਗਿਆ ਤੇ ਮੈਂ ਨਾ ਬਾਜੀ ਨਾਲ ਹੈਲਪ ਕਰਵਾ ਦਿਆ ਮੈਂ ਗੁੰਨ ਲੈਣੀ ਆਟਾ ਥੋੜਾ ਅੱਛਾ ਜੀ ਐਵੇਂ ਚਿਕਨ ਤੋਂ ਗਰੈਂਡ ਲਿਆ ਵਾ ਐਵੇਂ ਹੁਣ ਸਾਰਾ ਚੀਜ਼ਾਂ ਗਰੈਂਡ ਕਰਕੇ ਪਾਈਆਂ ਵਾ ਅਤੇ ਹਲਕਾ ਹਲਕਾ ਪਾਣੀ ਵਿੱਚ ਕੁਛ ਕੁਛ ਦਾ ਸਾਰੇ ਮਸਾਲੇ ਪਾਉਂਦੇ ਹਾਂ ਪਾ ਕੇ ਅਤੇ ਮਜ਼ੇਦਾਰ ਜੀ ਇੱਕ ਕੜੀ ਬਣਾਉਂਦਾ ਅੱਛਾ ਜੀ ਮੈਂ ਨਾ ਇਹ ਵੱਡੀ ਕੜਾਹੀ 'ਚ ਰੱਖਿਆ ਸੀ ਮੈਨੂੰ ਪਤਾ ਨਹੀਂ ਛੋਟੀ ਕੜਾਹੀ ਵੀ ਬਣਾਉਣੀ ਹੈਗਾ ਅਤੇ ਹੁਣ ਮੈਂ ਇਹਦੇ ਧੱਕਾ ਪਤਾ ਨਹੀਂ ਕਿੱਥੇ ਰੱਖ ਲਿਆ ਵਾ ਆ ਪਿਆ ਹੋਇਆ ਸਾਨੂੰ ਰੁਸਣਾ ਵੀ ਆਉਂਦਾ ਲੜਨਾ ਵੀ ਆਉਂਦਾ ਮੇਰੇ ਕੋਲ ਜਿਆਨ ਕੱਪੜੇ ਨੀ ਸੀ ਪਾਉਂਦਾ ਮੈਂ ਤਾਂ ਕਿਹਾ ਸੀ ਉਹ ਕਹਿੰਦੇ ਤੰਦੂਰ ਦੀ ਰੋਟੀ ਪਿਆਜ ਨੀ ਖਾਂਦਾ ਹੈਗਾ ਮੈਂ ਤਾਂ ਕਹਿੰਦਾ ਸੀ ਹੋਟਲ ਤੋਂ ਲਵਾ ਲਿਆ ਮਹਿਮਾਨ ਜੀ ਖਾਣੀ ਜੋ ਬਣਾਉਣ ਕਰਕੇ
ਅੱਛਾ ਜੀ, ਰੋਟੀਆਂ ਬਣਾ ਕੇ ਵੀ ਰੱਖ ਲਈਆਂ ਨੇ। ਆ ਦੇਖੋ ਮੈਂ ਪੋਲ ਹਲੇ ਮੈਂ ਪੋਣੇ 'ਚ ਲਵੇਟਣੀਆਂ ਨੇ, ਪਤਲੀਆਂ ਪਤੰਗ ਕੀਤੀਆਂ ਸਵੈਦ, ਅਤੇ ਮੈਂ ਆਪਣੀ ਹਾਂਡੀ ਪਹਿਲਾਂ ਦੇਖਣ ਲੱਗ ਗਈ ਹਾਂ। ਕਿਉਂਕਿ ਮੈਂ ਮੈਂ ਉਸਨੂੰ ਕਿਹਾ ਵੀ ਖਾਣਾ ਰੋਣ ਲੱਗ ਜਾਣਾ, ਆਪਾਂ ਰੋਟੀਆਂ ਬਣਾ ਕੇ ਢੱਕ ਲਈਏ, ਸਾਲਨ ਭਾਂ ਜਿਹੜੇ ਤਾਂ ਫਟਾਫਟ ਬੈਠ ਕੇ ਖਾ ਲਾਂਗੇ, ਅਤੇ ਜਿਹੜੇ ਮੇਰੇ ਦਾਲ ਚਾਵਲ ਹੋਣ ਮੈਂ ਫਰਿੱਜ 'ਚ ਰੱਖਦੀ ਹਾਂ, ਪਾ ਕੇ ਕੱਲ੍ਹ ਦੁਪਹਿਰ ਨੂੰ ਚੱਲਣਗੇ। ਨਹੀਂ ਪਿਆਜ਼ ਤਾਂ ਕਦੇ ਵੀ ਨਹੀਂ ਖਾਂਦਾ ਦਾਲ ਚਾਵਲ, ਤੁਹਾਨੂੰ ਪਤਾ। ਸਹੀ, ਅਚਾਨਕ ਸਲਾਹ ਬਣਾਈ ਚਲੀ ਉੱਥੋਂ, ਪਲੇਟ ਬਾਹਰੋਂ ਲੈ ਕੇ ਆਉਣੀ ਪੈਣੀ। ਪਾਣੀ ਥੋੜ੍ਹਾ ਜਿਹਾ ਖੁਸ਼ਕ ਹੁੰਦਾ ਨਾ, ਅਤੇ ਅੱਛੀ ਤਰ੍ਹਾਂ ਭੁੰਨ ਕੇ ਅਤੇ ਬਸ ਸਾਰੇ ਬਣ ਲੈਣ, ਅਤੇ ਰੋਟੀਆਂ ਵੀ ਪਾਣੀ ਕੂਲਰ 'ਚ ਬਰਫ ਹੋਰ ਪਾਈਏ, ਪਾਣੀ ਘੱਟ ਠੰਡਾ ਸੀ ਕੂਲਰ 'ਚ, ਇੱਥੇ ਬਾਹਰ 'ਚ ਚਰਬੀ ਜਾ ਕੇ ਲੈ ਕੇ ਖਾ ਲਈਏ। ਉਹ ਲਾਲ ਚਟਾਈ ਕਿੱਥੇ, ਲਾਲ ਚਟਾਈ ਬਾਹਰ ਇੱਥੇ ਬੈਠਣਾ ਕਿ ਉੱਥੇ? ਨਹੀਂ ਉੱਥੇ ਰੂਮ 'ਚ ਨਹੀਂ, ਬੱਚੇ ਤੁਹਾਨੂੰ ਪਤਾ ਵੀ ਉੱਥੇ ਕੀੜੀਆਂ ਨੇ, ਉੱਥੋਂ ਸੜਕਾਂ ਕੀੜੀਆਂ ਵਾ, ਕਿਸੇ ਜਗ੍ਹਾ 'ਤੇ ਬਹਿ ਕੇ ਖਾਣਾ ਖਾ ਲਓ, ਬੱਚੇ ਛੋਟੇ ਕਿਤੇ ਹੱਥ ਲਾ ਦੇਣ ਜਾਂ ਕੁਝ ਤਾਂ ਉਹ ਆ ਬੰਦਾ ਤਾਂ ਪਤਾ ਲੱਗ ਜਾਂਦਾ। ਅਸੀਂ ਬੰਦਾ ਕਿਸੇ ਮਹਿਮਾਨ ਆ ਜਾਂਦਾ ਨਾ, ਉਹਨਾਂ ਨੂੰ ਬੰਦਾ ਦਹੀਂ ਰੱਖ ਰੱਖ ਕੇ ਨਹੀਂ, ਇਹ ਕੋਲੇ ਨੂੰ ਚਾਰ ਰੱਖੇ ਜਦੋਂ ਭਾਈ ਅਲੀ ਜਾਂ ਕੋਈ ਵੀ ਆਣ ਨਾ, ਅਤੇ ਕੜੀ ਬਣਾਵਾਂ ਜਾਂ ਛੋਲੇ ਲਸਣ ਅਤੇ ਕੋਲੀਆਂ ਜਿਹੜੀਆਂ ਮੈਂ ਭੈਣ ਦੀਦੀ ਕੀ ਮਨਾ ਕਰ ਰਹੀ ਹਾਂ, ਮੈਂ ਸਿੱਧਾ ਉਹਦਾ ਕੜਾ ਜਿਹਾ ਸਕੀਰ ਦਾ ਪੀਂਦਾ, ਮੈਂ ਬਣਾ ਲਿਆ ਸਰ ਕੇਕ, ਹੋਰ ਕਿਆ ਚੁੱਲ੍ਹੇ 'ਤੇ ਕੇਕ। ਅੱਛਾ ਉਹਦੇ ਹਰ ਸ਼ਾਇ ਮਿਕਸ ਮੁਕਸ ਕਰਕੇ ਅਤੇ ਉਹ ਬੋਲ ਲਿਆ ਸੀ, ਮੈਂ ਰੱਖਿਆ ਸਟੀਲ ਦਾ, ਰੱਖਿਆ ਹਜੇ ਜਲਦੀ ਹੋ ਜਾਵੇਗਾ, ਉੱਤੇ ਉਹ ਢੱਕਣ ਦੇ ਦਿੱਤਾ ਸਟੀਲ ਦਾ ਵੀ ਸਾਜਨ, ਉਹ ਤਾਂ ਪਾਈ ਉਹਦਾ ਪਤਾ ਲੱਗੇ ਸਾਰਾ ਸਰ ਸੋ। ਹਾਂ, ਅਤੇ ਅੱਧੇ ਨੇ ਦੋ ਕੋਲੇ ਮੇਰੇ, ਇੱਕ 'ਚ ਚਾਰ ਨਹੀਂ ਬਣਾਉਂਦੀ ਨੇ, ਇੱਕ 'ਚ ਕਰਾਂ ਕਿ ਔਰ ਜਿਹਾ ਪਾ ਕੇ ਫਰਾਈ ਕਰ ਦਿੰਦੀ ਵੀ ਦਸ ਕੰਪਨੀ ਦੇ ਤਿੰਨ ਬੰਦੇ ਕੋਲੇ ਜਾ ਕਰਾ, ਗੁਲਾਬ ਜਾਮਣਾ ਬਣਾ ਦੂੰ ਸਾਰੇ, ਮੇਰੇ ਚਾਰ ਪੰਜ ਕੋਲੇ ਮੈਂ ਰੱਖੇ ਗਏ ਕਿ ਸਾਲਨ ਪਾਉਣ ਸ਼ੋਰਬੇ ਵਾਲਾ ਜਾਂ ਕਿੱਦਾਂ ਦਾਲ ਪਾਣੀ ਜਾ ਪਈ ਚਲੋ ਠੀਕ ਆ ਜੀ, ਤੁਸੀਂ ਖਾਣਾ ਲਗਾਓਗੇ ਤੇ ਫਿਰ ਕਲੇ ਪਾ ਲਾਂਗੇ। ਰੋਟੀਆਂ ਬਣਾ ਲਈਆਂ, ਹੁਣ ਮੈਂ ਲੱਗੀਆਂ ਪੋਣੇ ਚ ਲਵੇਟਣ, ਅੱਜ ਹਾਟ ਪਾਟ ਚ ਵੀ ਨਹੀਂ ਰੱਖਣੇ ਕਿਉਂਕਿ ਭੁੱਖ ਲੱਗੀ ਆ ਪਰਾਉਣੇ ਆ, ਇਹ ਹੋ ਗਿਆ ਦੇਸੀ ਤਰੀਕਾ ਚੱਲੇ ਆ, ਅੱਜ ਕੋਈ ਮਾਡਰਨ ਤਰੀਕਾ, ਇਹ ਹੋ ਗਏ ਸਾਬੇ, ਇਹ ਲੈ ਕੇ ਜਾ ਕੇ ਰੱਖੋ ਉੱਥੇ, ਅਤੇ ਇਹ ਮੇਰਾ ਬਣ ਗਿਆ ਵਾ ਸਾਲਨ, ਅੱਜ ਮੈਂ ਸੁੱਕੀ ਜਿਹੀ ਕੜਾਹੀ ਬਣਾਈ ਹੈ, ਓਇਲ ਮੈਂ ਕੰਮ ਪਾਉਂਦੀ ਹਾਂ, ਲੋਕ ਓਇਲ ਬਹੁਤ ਜ਼ਿਆਦਾ ਪਾਉਂਦੇ ਨੇ ਤਾਂ ਉਹ ਫਿਰ ਬਣਾ ਸਕ, ਠੀਕ ਨਹੀਂ ਹੋ ਗਿਆ ਬਸ ਠੀਕ ਲਾ ਨਾ। ਅੱਛਾ ਜੀ, ਮਿਰਚਾਂ ਵੀ ਘਰੋਂ ਮੁੱਕੀਆਂ ਹੋਈਆਂ, ਦੋ ਤਿੰਨ ਸੀ ਪਹਿਲੇ ਪਾ ਲਈਆਂ ਸੀ, ਸਾਲਨ ਬਣ ਗਿਆ, ਇਸ ਤਰ੍ਹਾਂ ਹੀ ਕੜਾਹੀ ਲੈ ਜਾਣੀ, ਇਸ ਤਰ੍ਹਾਂ ਰੋਟੀ ਲੈ ਜਾਣੀ, ਮੈਂ ਪਲੇਟਾਂ ਨਿਕਾਲ ਦੇਵਾਂ ਛੋਟੀਆਂ ਸਟੀਲ ਦੀਆਂ, ਅਤੇ ਉਹਨਾਂ 'ਚ ਪਾ ਕੇ ਸਾਲਨ ਖਾ ਲਾਂਗੇ, ਅਤੇ ਕੂਲਰ ਪਾਣੀ ਵਾਲਾ ਲੈ ਜਾਈਏ, ਤੁਸੀਂ ਕੂਲਰ ਲੈ ਜਾਓ, ਮੈਂ ਇਹ ਚੀਜ਼ਾਂ ਲੈ ਕੇ ਆਉਣੀ ਹੈ, ਅਤੇ ਫਿਰ ਚਲੋ ਬੈਠ ਕੇ ਰੋਟੀ ਖਾਈਏ, ਫਿਰ ਉਸ ਤੋਂ ਬਾਅਦ ਚਾਹ ਸ਼ਹਿਰ ਖਾਵਾਂਗੇ। ਅੱਜ ਸਭ ਲੋ ਆਈ ਡੂੰਗਾ। ਅੱਛਾ ਜੀ, ਮੈਂ ਕਹਿੰਦੀ ਬਾਹਰ ਚਟਾਈ 'ਤੇ ਖਾਣਾ ਲਗਾਉਂਦੇ ਹਾਂ, ਆਹ ਬੁੱਟੀ ਕਿਹੜੇ ਚੜਾਤੀ, ਖਿਆਲ ਭਾਈ ਕਹਿੰਦਾ ਕਿ ਮੈਨੂੰ ਤਾਂ ਇੱਥੇ ਹੀ ਦੇ ਦਿਓ। ਕਿਉਂਕਿ ਤੁਸੀਂ ਬੈਠੇ ਸੀ ਇਹਦੇ ਵਿੱਚ, ਜੁੱਤੀਆਂ ਵਿੱਚ ਕਰਾਂ।
ਚਲੋ ਜੀ ਖਾਣਾ ਖਾਣਾ ਵੈਲਕਮ ਆ ਜੋ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਅੱਲਾਹ ਹਾਫਿਜ਼।